ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਪਟਿਆਲਾ ਚੋਂ ਇੱਕੋ ਦਿਨ 89 ਕਰੋਨਾ ਪੋਜ਼ਿਟਿਵ ਮਾਮਲੇ ਆਏ ਸਾਹਮਣੇ ਜ਼ਿਲ੍ਹੇ ਚੋਂ ਇੱਕੋ ਦਿਨ ਦੇ ਵਿੱਚ 80 ਹੋਰ ਕਰੋਨਾ ਪੀੜਤ ਵਿਅਕਤੀਆਂ ਦੀ ਪਛਾਣ ਹੋਣ ਦੇ ਨਾਲ ਕੋਵਿਡ ਪੀੜਤਾਂ ਦੀ ਗਿਣਤੀ 981 ਤੱਕ ਪਹੁੰਚਣ ਉਪਰੰਤ ਜ਼ਿਲ੍ਹੇ ਚੋਂ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 572 ਹੈ ਜਦਕਿ 394 ਵਿਅਕਤੀ ਕਰੋਨਾ ਵਾਇਰਸ ਤੇ ਜਿੱਤ ਪ੍ਰਾਪਤ ਕਰਕੇ ਆਮ ਵਿਅਕਤੀ ਦੀ ਤਰ੍ਹਾਂ ਜ਼ਿੰਦਗੀ ਜੀ ਰਹੇ ਹਨ ਪਰੰਤੂ ਇਸ ਬਿਮਾਰੀ ਦੇ ਕਾਰਨ ਜ਼ਿਲ੍ਹੇ ਦੇ ਵਿੱਚ 15 ਵਿਅਕਤੀਆਂ ਦੀ ਜਾਨ ਵੀ ਚਲੀ ਗਈ ਹੈ ਸੁਖਬੀਰ ਬਾਦਲ ਡੇਰਾਮੁਖੀ ਨਾਲ ਸਾਂਝ ਸਬੰਧੀ ਪੰਥ ਸਾਹਮਣੇ ਆਪਣੀ ਸਥਿਤੀ ਸਪਸ਼ਟ ਕਰੇ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਸਰਕਾਰ ਦੇ ਸਮੇਂ ਸੁਖਬੀਰ ਬਾਦਲ ਦੇ ਉਪ ਮੁੱਖ ਮੰਤਰੀ ਅਤੇ ਸੂਬੇ ਦੇ ਗ੍ਰਹਿ ਮੰਤਰੀ ਹੁੰਦਿਆਂ ਡੇਰਾਮੁਖੀ ਸਬੰਧੀ ਅਦਾਲਤਾਂ ਦੇ ਵਿੱਚ ਦਿੱਤੇ ਹਲਫਨਾਮੇ ਮੀਡੀਆ ਦੇ ਨਾਲ ਸਾਂਝੇ ਕਰਦੇ ਆ ਬਾਦਲ ਨੂੰ ਡੇਰੇ ਨਾਲ ਕੀਤੇ ਗੂਪਤ ਸਮਝਾਓ ਤ્યાં ਤੋਂ ਬਾਅਦ ਯੂ ਟਰਨ ਲੈਣ ਸੰਬੰਧੀ ਪੰਥ ਸਾਹਮਣੇ ਆਪਣੀ ਸਥਿਤੀ ਸਪਸ਼ਟ ਕਰਨ ਦੀ ਚੁਣੌਤੀ ਦਿੰਦੀ ਹੈ। ਉਹਨਾਂ ਨੇ ਕਿਹਾ ਕਿ ਜੇ 2007 ਦੇ ਵਿੱਚ ਹੀ ਡੇਰਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸਤਕ ਪਾਉਣ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅਕਾਲੀ ਸਰਕਾਰ ਕਰ ਦਿੰਦੀ ਤਾਂ ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਵਰਗੀਆਂ ਮੰਦ ਭਾਗੀਆਂ ਕਟਣਾਵਾਂ ਨਾ ਹੁੰਦੀਆਂ ਨਾ ਹੀ ਬਹਿਬਲ ਕਲਾ ਵਰਗੇ ਗੋਲੀकांड ਹੋਣੇ ਸੀ ਤੇ ਨਾ ਹੀ ਸਮਾਜ ਦੇ ਵਿੱਚ ਵੰਡੀਆਂ ਪੈਣੀਆਂ ਸੀ। ਜਾਖੜ ਨੇ ਦੱਸਿਆ ਕਿ ਸੁਖਬੀਰ ਬਾਦਲ ਨੇ ਵੋਟਾਂ ਦੀ ਲਾਲਸਾ ਵਿੱਚ ਵਾਰ-ਵਾਰ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਡੇਰਾਮੁਖੀ ਨਾਲ ਆਪਣੀ ਸਾਂਝ ਪੁਗਾਈ ਹੈ। ਉਹਨਾਂ ਨੇ ਕਿਹਾ ਕਿ ਹੁਣ ਤਾਂ ਡੇਰੇ ਦੇ ਪੈਰੋਕਾਰਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਜਨਤਕ ਤੌਰ ਤੇ ਇਹ ਤੱਥ ਸਵਿਕਾਰ ਕਰ ਲਿਆ ਹੈ ਕਿ ਉਹਨਾਂ ਨੇ ਅਕਾਲੀ ਦਲ ਦੇ ਹੱਕ ਵਿੱਚ ਮਤਦਾਨ ਕੀਤਾ ਸੀ ਡੇਰੇ ਦੇ ਨਾਲ ਜੁੜੀਆਂ ਕਟਣਾਵਾਂ ਨੂੰ। ਤਰਤੀਬਵਾਰ মিডিਆ ਸਾਹਮਣੇ ਰੱਖਦੇ ਸੁਨੀਲ ਜਾਖੜ ਨੇ ਕਿਹਾ ਕਿ 2007 ਨੂੰ 11 ਤੋਂ 13 ਮਈ ਤੱਕ ਡੇਰਾਮੁਖੀ ਪੰਜਾਬ ਦੇ ਵਿੱਚ ਸਲਾਬਤਪੁਰੇ ਆਇਆ ਤੇ ਇੱਥੇ ਉਸਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪਹੁੰਚਾਕ ਪਾ ਕੇ ਜਾਮੇ ਇਨਸਾ ਪਿਆਉਣ ਦਾ ਸਵਾਗ ਰਚਿਆ ਉਸਨੇ ਇਸ ਸਬੰਧੀ ਪੰਜਾਬ ਦੇ ਸਾਰੇ ਪ੍ਰਮੁੱਖ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਵੀ ਇਸ ਦਾ ਐਲਾਨ ਕੀਤਾ ਇਸ ਘਟਨਾ ਤੋਂ ਮਗਰੋਂ ਪੀਜੀਆਈ ਦੀ ਜਾਂਚ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਨੇ ਉਸ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਅਤੇ ਇਹ ਪਰਚਾ ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਨਾਲ ਹੋਇਆ ਸੀ ਉਸ ਸਮੇਂ ਐਫ ਆਈ ਆਰ ਰੱਦ ਕਰਵਾਣ ਕੇ ਚਲਾਨ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਰੋਕਣ ਲਈ ਡੇਰੇ ਮੁਖੀ ਦੇ ਵੱਲੋਂ ਚਾਰੋ ਜਹੀ ਦਰਾਨ ਅਕਾਦ ਸਰਕਾਰ ਜਿਸ ਵਿੱਚ ਸੁਖਬੀਰ ਬਾਦਲ ਗ੍ਰਹਿ ਮੰਤਰੀ ਅਤੇ ਉਪ ਮੰਤਰੀ ਸਨ ਦੇ ਦੋ ਵਾਰ ਹਲਫਨਾਮੇ ਦਾਇਰ ਕਰਕੇ ਡੇਰਾ ਮੁਖੀ ਨੇ ਭਾਵਨਾਵਾਂ ਪੜਕਾਈਆਂ ਸਨ ਬਲਕਿ ਆਪਣੇ ਚੇਲਿਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਡੇਰਾ ਮੁਖੀ ਦੇ ਨਿੰਦਕਾਂ ਨੂੰ ਜੇ ਮਾਰਨਾ ਪਵੇ ਤਾਂ ਮਾਰ ਦੇਣ ਸੋ ਦੋਸਤੋ ਹੁਣ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਸੁਨੀਲ ਜਾਖੜ ਨੇ ਬਿਆਨ ਦਿੱਤਾ ਹੈ ਵੀ ਸੁਖਬੀਰ ਬਾਦਲ ਦੀ ਡੇਰੇ ਦੇ ਨਾਲ ਸਾਂਝਾ ਤੁਸੀਂ ਇਸ ਦੇ ਨਾਲ ਕਿੰਨਾ ਕੁ ਸਹਿਮਤ ਹੋ ਜੇਕਰ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਜੈਸ ਲਿਖੋ ਨਹੀਂ ਤਾਂ ਤੁਸੀਂ ਨੋ ਲਿਖ ਸਕਦੇ ਹੋ ਸੁਨੀਲ ਜਾਖੜ ਦੇ ਕੋਰੇ ਝੂਠ ਕਾਂਗਰਸ ਦੇ ਡੁੱਬਦੇ ਬੇੜੇ ਨੂੰ ਬਚਾ ਨਹੀਂ ਸਕਦੇ ਅਕਾਲੀ ਦਲ ਸੋ ਅਕਾਲੀ ਦਲ ਨੇ ਵੀ ਬਕਾਇਦਾ ਉਹਨਾਂ ਨੂੰ ਜਵਾਬ ਦਿੱਤਾ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਤੁਹਾਡਾ ਇਹ ਕੰਮ ਸਾਡੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਵੀਡੀਓ ਨੂੰ ਅੰਤ ਤੇ ਜਾ ਕੇ ਆਪਣੇ 2-3 ਵਟਸਐਪ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਸੁਨੀਲ ਜਾਖੜ ਦੇ ਕੋਰੇ ਝੂਠ ਨੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਬੋਲੇ ਜਾ ਰਹੇ ਕੋਰੇ ਝੂਠ ਕਾਂਗਰਸ ਪਾਰਟੀ ਦੇ ਡੁੱਬਦੇ ਬੇੜੇ ਨੂੰ ਬਚਾ ਨਹੀਂ ਸਕਦੇ ਉਹਨਾਂ ਨੇ ਕਿਹਾ ਕਿ ਉਹ ਦੱਸਣ ਕਿ ਕਾਂਗਰਸ ਸਰਕਾਰ ਨੇ ਡੇਰਾਮੁਖੀ ਗੁਰਮਾ ਗੁਰਮੀਤ ਰਾਮ ਰਹੀਮ ਵੱਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਪਟਕਾਵਣ ਨੂੰ ਸੱਟ ਮਾਰਨ ਅਤੇ ਮਾਮਲੇ ਵਿੱਚ 3.5 ਸਾਲ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਇੱਥੇ ਵਰਚੁਅਲ ਕਾਨਫਰੰਸ ਨੂੰ ਸਮੋਦਨ ਕਰਦੇ ਆ ਪਾਰਟੀ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਕਾਲੀ ਦਲ ਖਿਲਾਫ ਕੂੜ ਪ੍ਰਚਾਰ ਕਰਨ ਦੇ ਲਈ ਇੰਨੇ ਕਾਲੇ ਹਨ ਕਿ ਉਹ ਇਹ ਦੱਸਣਾ ਹੀ ਭੁੱਲ ਗਏ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਸਲਾਬਤਪੁਰਾ ਕੇਸ ਦੇ ਵਿੱਚ ਡੇਰਾ ਮੁਖੀ ਤੇ ਕੇਸ ਚਲਾਉਣ ਦੀ ਪ੍ਰਵਾਨਗੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਸਰਕਾਰ ਨੇ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਡੇਰਾ ਮੁਖੀ ਦੇ ਖਿਲਾਫ ਨਾ ਤਾਂ ਧਾਰਾ 295ਏ ਤੇ ਨਾ ਹੀ 298 ਤਹਿਤ ਧਾਰਮਿਕ ਪਾਵਨਾਵਾਂ ਨੂੰ ਸੱਟ ਮਾਰਨ ਦਾ ਕੇਸ ਦਰਜ ਹੋਇਆ ਬਲਕਿ 153 A ਦੇ ਤਹਿਤ ਦੰਗੇ ਫਲਾਂ ਦੀ ਮਨਸ਼ਾ ਦੇ ਨਾਲ ਲੋਕਾਂ ਨੂੰ ਢਕਾਉਣ ਦਾ ਕੇਸ ਵੀ ਦਰਜ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਇਹ ਕੇਸ ਸੈਸ਼ਨ ਕੋਰਟ ਵਿੱਚ ਗਿਆ ਤੇ ਹੁਣ ਇਸ ਵੇਲੇ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਲੰਬਿਤ ਪਿਆ ਹੈ ਅਕਾਲੀ ਆਗੂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸਿਰਫ ਇਸ ਲਈ ਤੜਲੋ ਮੱਛੀ ਹੋ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਕਾਂਗਰਸ ਸਰਕਾਰ ਦੀ ਕਰਗੁਜ਼ਾਰੀ ਦੇ ਮਾਮਲੇ ਵਿੱਚ ਉਹਨਾਂ ਕੋਲੇ ਵਿਖਾਣ ਨੂੰ ਕੁਝ ਨਹੀਂ ਹੈ ਕਪੂਰਥਲਾਚੂ ਕਰੋਨਾ ਵਾਇਰਸ ਦੇ ਤਿੰਨ ਨਵੇਂ ਪੋਜ਼ਿਟਿਵ ਮਾਮਲੇ ਆਏ ਸਾਹਮਣੇ ਕਰੋਨਾ ਵਾਇਰਸ ਨੇ ਹੁਣ ਤੱਕ ਜ਼ਿਲ੍ਹੇ ਵਿੱਚ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਆਪਣੀ ਦਸਤਕ ਦੇ ਦਿੱਤੀ ਹੈ ਜਿਸ ਦੇ ਸਿੱਟੇ ਵੱਜੋਂ ਵਧੀਕ ਡਿਪਟੀ ਕਮਿਸ਼ਨਰ ਐਸਪੀ ਆਂਗਰਾ ਦੇ ਦਫ਼ਤਰ ਨਾਲ ਸੰਬੰਧਿਤ ਦੋ ਕਰਮਚਾਰੀਆਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਇਸ ਤੋਂ ਇਲਾਵਾ ਬੀਤੇ ਦਿਨ ਕਰੋਨਾ ਪੋਜ਼ਿਟਿਵ ਆਏ ਫਗਵਾੜਾ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਧਾਲੀਵਾਲ ਦੇ ਸੰਪਰਕ ਤੋਂ ਆਉਣ ਵਾਲੇ ਇੱਕ ਵਿਅਕਤੀ ਦੇ ਕਰੋਨਾ ਟੈਸਟ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਤਿੰਨ ਨਵੇਂ ਕੇਸ ਸਾਹਮਣੇ ਆਏ ਹਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਛੇਤੀ ਹੀ ਆ ਸਕਦਾ 12ਵੀਂ ਦਾ ਨਤੀਜਾ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਜੇਕਰ ਤੁਸੀਂ ਨਤੀਜੇ ਦੀ ਵੇਟ ਦੇ ਵਿੱਚ ਲਿਖੇ ਵੇਟ ਕਰ ਰਹੇ ਹੋ ਇੰਤਜ਼ਾਰ ਕਰ ਰਹੇ ਹੋ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਲਿਖ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਕਲਾਸ ਦਾ ਨਤੀਜਾ ਐਲਾਨਿਆ ਜਾ ਸਕਦਾ ਸੋ ਅੱਜ ਕਿਸੇ ਵੀ ਟਾਈਮ ਜਿਹੜੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਤੇ ਅੱਜ ਕਿਸੇ ਵੀ ਟਾਈਮ 20 ਜੁਲਾਈ ਨੂੰ ਐਲਾਨਿਆ ਜਾ ਸਕਦਾ ਹੈ ਐਤਵਾਰ ਨੂੰ ਵੀ ਇਹ ਚਰਚਾ ਚੱਲਦੀ ਰਹੀ ਕਿ 12ਵੇਂ ਦਾ ਨਤੀਜਾ ਅੱਜ ਦੁਪਹਿਰ 12 ਵਜੇ ਤੱਕ ਸਕੂਲਾਂ ਦੀਆਂ ਆਈਡੀ ਉੱਤੇ ਅਪਡੇਟ ਕੀਤਾ ਜਾਵੇਗਾ ਇਸ ਤੋਂ ਬਾਅਦ 5 ਵਜੇ ਹੀ ਚਰਚਾ ਰਹੀ ਸੂਤਰਾਂ ਦਾ ਕਹਿਣਾ ਹੈ ਕਿ ਨਤੀਜਾ ਤਿਆਰ ਹੈ ਕਿਸੇ ਸਮੇਂ ਵੀ ਜਾਰੀ ਕੀਤਾ ਜਾ ਸਕਦਾ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਨਤੀਜਾ ਤਿਆਰ ਹੈ ਪਰੰਤੂ ਕੁਝ ਟੈਕਨੀਕਲ ਕਾਰਨਾਂ ਦੇ ਕਰਕੇ ਨਤੀਜਾ ਇੱਕ ਹਫਤਾ ਲੇਟ ਵੀ ਹੋ ਸਕਦਾ ਹੈ ਸੋ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਾਰ ਦਾ ਨਤੀਜਾ ਪਿਛਲੇ ਸਾਲ ਦੇ ਨਾਲੋਂ ਚੰਗਾ ਹੋਵੇਗਾ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਭਾਵੇਂ ਅਧਿਕਾਰਤ ਤੌਰ ਤੇ ਨਤੀਜੇ ਬਾਰੇ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਗਈ ਜ਼ਿਕਰਯੋਗ ਹੈ ਕਿ ਮਹਾਮਾਰੀ ਕਰਕੇ 12ਵੀਂ ਕਲਾਸ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਨੂੰ ਪੰਜਾਬ ਸਰਕਾਰ ਨੇ ਰੱਦ ਕਰ ਦਿੱਤਾ ਹੈ ਸਬੰਧੀ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਅਨੁਸਾਰ ਰਹਿੰਦੀਆਂ ਪ੍ਰੀਖਿਆਵਾਂ ਦਾ ਨਤੀਜਾ ਤਿਆਰ ਕਰਕੇ ਜਾਰੀ ਕੀਤਾ ਜਾਣਾ ਹੈ 2022 ਦੀ ਚੋਣਾਂ ਚੂ ਮਾਹੌਲ ਬਣਾਉਣ ਦੀ ਬਜਾਏ ਕਰੋਨਾ ਨਾਲ ਲੜੇ ਪੰਜਾਬ ਸਰਕਾਰ ਆਪ ਸਥਾਨਕ ਸਰਕਾਰ ਚੋਣਾਂ ਲਈ 1000 ਕਰੋੜ ਦੇ ਪ੍ਰਬੰਧ ਕਰਨ ਤੇ ਆਪ ਦੇ ਵੱਲੋਂ ਇੰਤਜ਼ ਇਤਰਾਜ਼ ਇੱਕ ਪਾਸੇ ਸੂਬਾ ਭਿਆਨਕ ਬਿਮਾਰੀ ਕਰੋਨਾ ਦੀ ਜਕੜ ਦੇ ਵਿੱਚ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਥਾਨਕ ਚੋਣਾਂ ਕਰਵਾਉਣ ਲਈ ਸਿਫਾਰਿਸ਼ ਕਰਨ ਦੀ ਵਿਆਉਤਬੰਦੀ ਕਰਨ ਦੇ ਯਤਨ ਕਰ ਰਹੇ ਹਨ ਕਾਂਗਰਸ ਸਰਕਾਰ ਦੇ ਇਸ ਕਦਮ ਤੇ ਆਮ ਆਦਮੀ ਪਾਰਟੀ ਪੰਜਾਬ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ 100 ਕਰੋੜ ਰੁਪਏ ਦੇ ਫੰਡ ਦੇ ਪ੍ਰਬੰਧ ਕੀਤੇ ਜਾਣ ਤੇ ਸਖਤ ਇਤਰਾਜ਼ ਕੀਤਾ ਹੈ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਖਾਤਬ ਹੁੰਦੇ ਹੋਏ ਕਿਹਾ ਕੈਪਟਨ ਸਾਹਿਬ ਤੁਸੀਂ 2022 ਦੀਆਂ ਚੋਣਾਂ ਦਾ ਮਾਹੌਲ ਬਣਾਓ ਅਤੇ ਮਰੀਪੀ ਕਾਂਗਰਸ ਨੂੰ ਉਠਾਉਣ ਦੀਆਂ ਵਿਉਂਤਬੰਦੀਆਂ ਛੱਡ ਕੇ ਦਿਨ ਬਾ ਦਿਨ ਵਧ ਰਹੇ ਕਰੋਨਾ ਦੇ ਪ੍ਰਕੋਪ ਤੇ ਪੰਜਾਬ ਦੀ 3 ਕਰੋੜ ਜਨਤਾ ਨੂੰ ਬਚਾਉਣ ਦੀ ਵਿਉਂਤਬੰਦੀ ਬਣਾਓ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਪਤੰਗ ਉਡਾਣ ਲਈ ਸੰਥੈਟਿਕ ਪਲਾਸਟਿਕ ਦੀ ਡੋਰ ਵੇਚਣ ਢੰਡਾਰ ਤੇ ਵਰਤੋਂ ਤੇ ਮੁਕੰਮਲ ਪਾਬੰਦੀ ਲਾਗੂ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਰਜੇਸ਼ ਤ੍ਰਿਪਾਠੀ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦੇ ਇਲਾਕਿਆਂ ਅੰਦਰ ਪਤੰਗ ਉਡਾਣ ਲਈ ਸਿੰਥੈਟਿਕ ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਭੰਡਾਰ ਕਰਨ ਅਤੇ ਇਸ ਦੀ ਵਰਤੋਂ ਕਰਨ ਤੇ ਮੁਕੰਮਲ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਹੈ। ਹੁਕਮਾ ਦੇ ਵਿੱਚ ਕਿਹਾ ਗਿਆ ਕਿ ਅੱਜਕੱਲ ਉਡਦੀਆਂ ਪਟੰਗਾਂ ਨੂੰ ਉਡਾਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਗਈ ਆ ਉਹ ਸੂਤੀ ਡੋਰ ਤੋਂ ਹਟਾ ਕੇ ਸਿੰਥੈਟਿਕ ਦੀ ਬਣੀ ਹੁੰਦੀ ਆ ਉਹ ਮਜ਼ਬੂਤ ਨਾ ਗੱਲ ਨਾ ਤੇ ਨਾ ਹੀ ਟੁੱਟਣਨ ਜੋਗ ਹੈ। ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਪੰਜਾਬ ਸਰਕਾਰ ਖਿਲਾਫ ਹੱਲਾ ਬੋਲ ਹੜਤਾਲ 23 ਤੋਂ ਸਿਹਤ ਵਿਭਾਗ ਪੰਜਾਬ ਦੇ ਵਿੱਚ ਨੈਸ਼ਨਲ ਹੈਲਥ ਮਿਸ਼ਨ ਵਿੱਚ ਪਿਛਲੇ 20 ਸਾਲਾਂ ਤੋਂ ਠੇਕੇ ਤੇ 9000 ਦੇ ਕਰੀਬ ਉੱਚ ਵਿਦयक ਸਿਹਤ ਮੁਲਾਜ਼ਮ ਬਹੁਤ ਹੀ ਘੱਟ ਉੱਕਾ ਪੁੱਕਾ ਤਨਖਾਹ ਤੇ ਕੰਮ ਕਰ ਰਹੇ ਹਨ ਮੁਲਾਜ਼ਮਾਂ ਦੀ ਇਸ ਮਿਸ਼ਨ ਦੇ ਵਿੱਚ ਨੌਕਰੀ ਕਰਦੇ ਉਮਰ ਵੀ ਇੰਨੀ ਹੋ ਗਈ ਕਿ ਉਹ ਆਪਣੇ ਭਵਿੱਖ ਨੂੰ ਸੁਰੱਖਿਤ ਕਰਨ ਲਈ ਹੋਰ ਕਿਸੇ ਪਾਸੇ ਵੀ ਨਹੀਂ ਜਾ ਸਕਦੇ ਪੇਸਕੇਲਾਂ ਅਤੇ ਰੈਗੂਲਰ ਹੋਣ ਦੀ ਆਸ ਨੂੰ ਲੈ ਕੇ ਹਜ਼ਾਰਾਂ ਮੁਲਾਜ਼ਮ ਇਸ ਮਿਸ਼ਨ ਵਿੱਚ ਆਪਣੀ ਜ਼ਿੰਦਗੀ ਨੂੰ दांव ਤੇ ਲਗਾਈ ਬੈਠੇ ਹਨ ਤੇ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਵਿੱਚ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਫਰੰਟ ਤੇ ਬਹੁਤ ਹੀ ਘੱਟ ਤਨਖਾਹਾਂ ਦੇ ਨਾਲ ਦਿਨ ਰਾਤ ਕੰਮ ਕਰ ਰਹੇ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਐਨ ਐਚ ਐਮ EMPLOYEES ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਕੀਤਾ ਨਹਿਰਾਂ ਸੂਆਂ ਤੇ ਸੜਕਾਂ ਦੇ ਨਾਲ ਲੱਗਦੀਆਂ ਜ਼ਮੀਨਾਂ ਕੱਟ ਕੇ ਆਪਣੀ ਜ਼ਮੀਨ 'ਚ ਮਲਾਉਣ ਤੇ ਪਾਬੰਦੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਨੇ ਸੰਗਰੂਰ ਖੇਤਰ ਦੇ ਪਿੰਡਾਂ ਦੇ ਵਿੱਚ ਲਿੰਕ ਸੜਕਾਂ ਨਹਿਰਾਂ ਤੇ ਸੂਆਂ ਤੇ ਖੱਗੜ ਦਰਿਆ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਮਾਲਕਾਂ ਵੱਲੋਂ ਨਹਿਰਾਂ ਸੂਆਂ ਤੇ ਸੜਕਾਂ ਦੇ ਨਾਲ ਲੱਗਦੀ ਜ਼ਮੀਨ ਨੂੰ ਕੱਟ ਕੇ ਆਪਣੀ ਜ਼ਮੀਨ ਵਿੱਚ ਮਲਾਉਣ ਤੇ ਅਤੇ ਨਹਿਰਾਂ ਸੂਆਂ ਦੇ ਵਿੱਚੋਂ ਮਿੱਟੀ ਦੀ ਨਜਾਇਜ਼ ਖੁਦਾਈ ਕਰਨ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। 134000 ਤੋਂ ਵੱਧ ਪ੍ਰਾਈਵੇਟ ਵਿਦਿਆਰਥੀ ਸਕੂਲ ਛੱਡ ਕੇ ਸਰਕਾਰੀ ਸਕੂਲਾਂ 'ਚ ਹੋਏ ਦਾਖਲ ਕਰੋਨਾ ਮਹਾਮਾਰੀ ਦੇ ਚੱਲਦਿਆਂ ਬੰਦ ਪਏ ਸਕੂਲਾਕਰਨ ਪੰਜਾਬ ਪਰਦੇ ਵਿੱਚ ਪ੍ਰਾਈਵੇਟ ਸਕੂਲਾਂ ਤੇ ਮਾਪਿਆਂ ਵੱਲੋਂ ਫੀਸਾਂ ਨੂੰ ਲੈ ਕੇ ਖਿੱਚੋ ਤਣ ਚੱਲ ਰਹੀ ਆ ਫੀਸ ਵਿਵਾਦ ਤੇ ਚੱਲਦਿਆਂ ਮਾਪਿਆਂ ਨੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਹਟਾ ਕੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਦੇ ਤਹਿਤ ਪੰਜਾਬ ਪਰ ਦੇ ਵਿੱਚ 134000 ਤੋਂ ਉੱਪਰ ਪ੍ਰਾਈਵੇਟ ਸਕੂਲ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲਿਆ ਹੈ ਦੂਜੇ ਪਾਸੇ ਸਰਕਾਰ ਇਹਨਾਂ ਦਾਖਲਿਆਂ ਨੂੰ ਆਪਣੀ ਪ੍ਰਾਪਤੀ ਦੱਸ ਰਹੀ ਹੈ ਦੋਸਤੋ ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਤੋਂ ਉਠਾ ਕੇ ਸਰਕਾਰੀ ਸਕੂਲ ਵਿੱਚ ਬਿਠਾਇਆ ਹੈ ਤਾਂ ਤੁਸੀਂ ਵੀ ਕਮੈਂਟ ਸੈਕਸ਼ਨ 'ਚ ਯੈਸ ਜ਼ਰੂਰ ਲਿਖੋ ਨਾ ਦੇ ਲਈ ਨੋ ਲਿਖ ਸਕਦੇ ਹੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਨਵੇਂ ਦਾਖਲੇ ਵਿੱਚ ਵਾਧਾ ਹੁਣ 12.38% ਹੋ ਗਿਆ ਹੈ ਜਿਸ ਵਿੱਚ 40.21% ਦਾ ਰਿਕਾਰਡ ਵਾਧਾ ਪ੍ਰਾਇਮਰੀ ਕਲਾਸਾਂ ਦਾ ਹੈ ਪਿਛਲੇ ਵਰ੍ਹੇ ਸਨ ਜੁਨ੍ਹਾਂ ਦੀ ਗਿਣਤੀ ਹੁਣ 9,115,069 ਹੋ ਗਈ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਚ ਕੁੱਲ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 10,000 ਤੋਂ ਪਾਰ ਅੱਜ 310 ਨਵੇਂ ਮਾਮਲੇ 8 ਦੀ ਮੌਤ कोरोना वायरस ਦਾ ਕਹਿਰ ਫਿਰ ਤੋਂ ਲਗਾਤਾਰ ਵੱਧਦਾ ਜਾ ਰਿਹਾ ਹੈ ਅੱਜ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ 390 310 ਨਵੇਂ ਕੇਸ ਸਾਹਮਣੇ ਆਏ ਹਨ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 10100 ਹੋ ਗਈ ਆ ਅੱਜ ਕੋਰੋਨਾ ਵਾਇਰਸ ਦੇ ਨਾਲ 8 ਮੌਤਾਂ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈ ਆ ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 254 ਹੋ ਗਈ ਹੈ 310 ਨਵੇਂ ਮਰੀਜ਼ ਸਾਹਮਣੇ ਆਉਣ ਦੇ ਨਾਲ ਜਿਨ੍ਹਾਂ ਦੇ ਵਿੱਚੋਂ ਸਾਬਤ ਤੋਂ ਵੱਧ ਲੁਧਿਆਣਾ 76 ਮਰੀਜ਼ ਤੇ ਅੱਜ ਕੱਲ 81 ਮਰੀਜ਼ ਸਿਹਤਯਾਬ ਵੀ ਹੋਏ ਹਨ ਜਿੰਨਾਂ ਚੋਂ ਸੰਗਰੂਰ ਤੋਂ 6 ਐਸਐਸ ਨਗਰ 49 ਪਠਾਨਕੋਟ 8 ਫਤਿਹਗੜ ਸਾਹਿਬ 5 ਮੋਗਾ 5 ਮੁਕਤਸਰ 2 ਫਾਜ਼ਿਲਕਾ 4 ਅਤੇ ਮਾਨਸਾ ਤੋਂ ਵੀ 2 ਮਰੀਜ਼ ਸਿਹਤਯਾਬ ਹੋਏ ਹਨ ਉਸ ਤੋਂ ਬਾਅਦ ਅਗਲੀ ਖਬਰ ਹੈ ਜੀ ਲਾਕਡਾਊਨ ਤੋਂ ਬੰਦ ਪਈ ਇੰਡਸਟਰੀ ਤੋਂ ਲਏ ਜਾਣਗੇ ਬਿਜਲੀ ਦੇ ਫਿਕਸ ਚਾਰਜਰ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਪੰਜਾਬ ਮੰਡੀ ਗੋਬਿੰਦਗੜ੍ਹ ਦੀ ਲੋਹਾ ਇੰਡਸਟਰੀ ਵਿੱਚ ਰੈਗੂਲੇਟਰੀ ਕਮਿਸ਼ਨ ਨੇ ਨਵੇਂ ਨਾਦਰ ਸ਼ਾਹੀ ਫਰਮਾਨ ਨੇ ਭਾਜੜ ਪਾ ਦਿੱਤੀ ਹੈ ਜੀ 28 ਜੁਲਾਈ ਨੂੰ ਪੱਤਰ ਦੇ ਵਿੱਚ ਕਮਿਸ਼ਨ ਨੇ ਕੋਰੋਨਾ ਸੰਕਟ ਦੌਰਾਨ ਉਦਯੋਗ ਪੱਤੀਆਂ ਦੀਆਂ 2 ਮਹੀਨੇ ਤੋਂ ਬੰਦ ਪਈਆਂ ਮਿਲਾਂ ਦੇ ਬਿਜਲੀ ਦੇ ਫਿਕਸ ਚਾਰਜ ਮੰਗ ਲਏ ਹਨ ਨਾਲ ਹੀ ਫਿਕਸ ਚਾਰਜ ਨੂੰ ਸਤੰਬਰ ਤੱਕ ਕਿਸ਼ਤਾਂ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਹਨ ਜੋ ਕਿ ਪ੍ਰਤੀ ਫਰੈਂਸ ਨੂੰ 25 ਲੱਖ ਤੋਂ 1 ਰੁਪਏ ਉਹ 1 ਕਰੋੜ ਰੁਪਏ ਤੱਕ ਦੇਣੇ ਬਣਦੇ ਹਨ ਇਹ ਸਭ ਉਸ ਮੌਕੇ ਕੀਤਾ ਗਿਆ ਜਦੋਂ 15 ਦਿਨ ਪਹਿਲਾਂ ਹੀ ਸੂਬੇ ਦੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਬਿਜਲੀ ਦੇ ਫਿਕਸ ਚਾਰਜ ਮਾਫ ਕਰਨ ਦੀ ਘੋਸ਼ਣਾ ਕੀਤੀ ਸੀ ਇਸ ਤੋਂ ਪਹਿਲਾਂ ਵੀ ਸੂਬਾ ਸਰਕਾਰ ਅਤੇ ਪਾਵਰਕਾਮ ਨੇ ਬੰਦ ਪਈ ਇੰਡਸਟਰੀ ਦੇ 2 ਮਹੀਨੇ ਦੇ ਬਿਜਲੀ ਦੇ ਫਿਕਸ ਚਾਰਜ ਨਾਲ ਲੈਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਸ ਸਬੰਧੀ ਸਟੀਲ ਸਿਟੀ ਫਰਨੈਸ ਐਸੋਸੀਏਸ਼ਨ ਨੇ ਤੁਰੰਤ ਹੰਗਾਮੀ ਮੀਟਿੰਗ ਛੜ ਕੇ ਕਮਿਸ਼ਨ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਛੜਕਾਂ ਤੇ ਆਉਣਗੇ ਤੇ ਭੁੱਖ ਹੜਤਾਲਾਂ ਕਰਕੇ ਨਾਦਰ ਸ਼ਾਹੀ ਫਰਮਾਨ ਦਾ ਵਿਰੋਧ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਰੈਗੂਲੇਟਰੀ ਕਮਿਸ਼ਨ ਸਰਕਾਰ ਤੋਂ ਵੱਡਾ ਨਹੀਂ ਜੇ ਲੋੜ ਪਈ ਤਾਂ ਉਹ ਉੱਚ ਅਦਾਲਤ ਦਾ ਦਰਵਾਜ਼ਾ ਖੜਾਉਣਗੇ ਕਿ ਖੜਕਾਉਣਗੇ ਕਿਉਂਕਿ ਕੋਰੋਨਾ ਸੰਕਟ ਦੇ ਕਾਰਨ ਪਹਿਲਾਂ ਹੀ ਘਟਦੇ ਵਿੱਚ ਚੱਲ ਰਹੀ ਇੰਡਸਟਰੀ ਬਿਜਲੀ ਦੇ ਫਿਕਸ ਚਾਰਜ ਦੇਣ ਤੋਂ ਅਸਮਰੱਥ ਹੈ ਕੁਝ ਲੋਕ ਸੋਚਦੇ ਹਨ ਕਿ ਰਾਮ ਮੰਦਰ ਬਣਾਉਣ ਦੇ ਨਾਲ ਖਤਮ ਹੋ ਜਾਵੇਗਾ ਕਰੋਨਾ ਸਰਦ ਪਵਾਰ ਐਨਸੀਪੀ ਸੁਪਰੀਮੋ ਸਰਦ ਪਵਾਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਤੇ ਨਿਸ਼ਾਨਾ ਬਿੰਨਿਆ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਕਰਨਾ ਹੋਵੇਗਾ ਕਿ ਜ਼ਿਆਦਾ ਜ਼ਰੂਰੀ ਹੈ ਕਰੋਨਾ ਨੂੰ ਖਤਮ ਕਰਨ ਲਈ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ਸ਼ਰਦ ਪਵਾਰ ਨੇ ਕਿਹਾ ਹੈ ਕਿ ਕੁਝ ਲੋਕ ਸੋਚਦੇ ਹਨ ਕਿ ਰਾਮ ਮੰਦਰ ਬਣਾਉਣ ਦੇ ਨਾਲ ਕਰੋਨਾ ਖਤਮ ਹੋ ਜਾਵੇਗਾ ਫਿਰ ਹਾਲ ਸਰਕਾਰ ਲਾਕਡਾਊਨ ਨਾਲ ਅਰਥ ਵਿਵਸਥਾ ਨੂੰ ਹੋਏ ਨੁਕਸਾਨ ਤੇ ਧਿਆਨ ਦੇਵੇ ਆਰਥਿਕ ਹਾਲ ਹਾਲਤ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਸ਼ਰਦ ਪਵਾਰ ਦਾ ਬਿਆਨ ਅੱਜ ਇਹ ਸਮੇਂ ਆਇਆ ਜਦੋਂ ਚਰਚਾ ਹੈ ਕਿ ਪੀਐਮ ਮੋਦੀ ਅਜोध्या ਚ ਸ਼੍ਰੀ ਰਾਮ ਮੰਦਰ ਨਿਰਮਾਣ ਦੇ ਪੂਨੀ ਭੂਮੀ ਪੂਜਾ ਚ ਸ਼ਾਮਲ ਹੋ ਸਕਦੇ ਹਨ ਉਸ ਤੋਂ ਬਾਅਦ ਅਗਲੀ ਖਬਰ ਹੈ ਜੀ ਲੰਡਨ ਨੂੰ ਆਪਣਾ ਦਫ਼ਤਰ ਬਣਾਉਣ ਦੀ ਕੋਸ਼ਿਸ਼ ਚ ਟਿਕਟੌਕ ਭਾਰਤ ਸਮੇਤ ਦੁਨੀਆ ਚੋਂ ચીਨ ਦੇ ਵਿਰੋਧ ਕਾਰਨ ਚੀਨੀ ਕੰਪਨੀ ਬਾਈ ਟੰਡਾਸ ਆਪਣੇ ਛੋਟੇ ਵੀਡੀਓ ਐਪ ਟਿਕਟੌਕ ਦਾ ਨਵਾਂ ਮਖੌਟਾ ਚੜਾਉਣ ਦੀ ਤਿਆਰੀ ਚ ਹ ਹੈ ਇਸ ਸਿਲਸਲੇ ਚ ਟਿਕਟੌਕ ਨੇ ਲੰਡਨ ਸਮੇਤ ਕਈ ਹੋਰ ਦੇਸ਼ਾਂ ਚੋਂ ਆਪਣੇ ਟਿਕਾਣਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਲੰਡਨ ਚੋਂ ਆਪਣਾ ਦਫ਼ਤਰ ਬਣਾਉਣ ਲਈ ਉਸਨ ਦੀ ਬਰਤਾਨੀਆ ਸਰਕਾਰ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਗੱਲਬਾਤ ਵੀ ਹੋ ਰਹੀ ਹੈ ਇਸ ਤੋਂ ਇਲਾਵਾ ਅਮਰੀਕਾ ਦੇ ਕੈਲੀਫੋਰਨੀਆ ਚ ਵੀ ਆਪਣੀਆਂ ਜੜ੍ਹਾਂ ਜਮਾਉਣ ਲਈ ਚੀਨੀ ਜਸੂਸ ਕਰਨ ਦੇ ਦੋਸ਼ ਚ ਸਾਹਮਣਾ ਕਰ ਰਿਹਾ ਹੈ ਬ੍ਰਾਂਡ ਹੱਥ ਪੈਰ ਮਾਰ ਰਿਹਾ ਸੂਤਰਾਂ ਦਾ ਕਹਿਣਾ ਹੈ ਕਿ ਲੰਡਨ ਉਹਨਾਂ ਸਥਾਨਾਂ ਚੋਂ ਇੱਕ ਹੈ ਜਿਸ ਨੂੰ ਕੰਪਨੀ ਆਪਣਾ ਦਫ਼ਤਰ ਬਣਾਉਣ ਲਈ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੀ ਹਾਲਾਂਕਿ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੁਣ ਗਾਕਾਂ ਨੂੰ ਠੱਗਣ ਤੇ ਜਾਣਾ ਪਵੇਗਾ ਜੇਲ ਅੱਜ ਤੋਂ ਲਾਗੂ ਹੋਵੇਗਾ ਨਵਾਂ ਕਾਨੂੰਨ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਗਾਕਾਂ ਨੂੰ ਗੁੰਮਰਾਹ ਕਰਨ ਵਾਲੇ ਇਸ਼ਤਿਹਾਰ ਦੇਣ ਵਾਲੇ ਵਾਲੀਆਂ ਕੰਪਨੀਆਂ ਦੇ ਸਾਹਮਣੇ ਹੁਣ مصیبت ਖੜੀ ਹੋਣ ਵਾਲੀ ਹੈ ਜੇ ਕੋਈ ਇਸ਼ਤਿਹਾਰ ਗਲਤ ਪਾਇਆ ਗਿਆ ਤਾਂ ਉਸ ਦੇ ਲਈ ਜੇਲ੍ਹ ਵੀ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ ਦਰਅਸਲ ਕੇਂਦਰ ਸਰਕਾਰ ਨੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਦੇ ਕਈ ਨਿਯਮਾਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਭਾਵ ਅੱਜ 20 ਜੁਲਾਈ ਤੋਂ ਇਹ ਲਾਗੂ ਹੋਵੇਗਾ ਨਵੇਂ ਨਿਜਮਾ ਦੇ ਤਹਿਤ ਸਭ ਤੋਂ ਵੱਡੀ ਰਾਹਤ ਗਾਹਕਾਂ ਨੂੰ ਇਹ ਮਿਲੀ ਹੈ ਕਿ ਹੁਣ ਗਾਹਕ ਜਿੱਥੇ ਰਹਿੰਦਾ ਹੈ ਉੱਥੇ ਹੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਇਸ ਤੋਂ ਪਹਿਲਾਂ ਗਾਹਕ ਨੂੰ ਸਮਾਨ ਖਰੀਦਣ ਦੀ ਜਗ੍ਹਾ ਤੇ ਜਾ ਕੇ ਸ਼ਿਕਾਇਤ ਦਰਜ ਕਰਵਾਉਣੀ ਪੈਂਦੀ ਸੀ ਇਹ ਨਵਾਂ ਕਾਨੂੰਨ 34 ਸਾਲ ਪੁਰਾਣੇ 1986 ਦੇ ਕਾਨੂੰਨ ਦੀ ਥਾਂ ਲਵੇਗਾ ਦੱਸ ਦਈਏ ਨਵੇਂ ਖਪਤਕਾਰ ਕਾਨੂੰਨ ਨੂੰ 9 ਅਗਸਤ 2019 ਦੇ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਹਰੀ ਚੰਡੀ ਮਿਲੀ ਸੀ ਜੋ ਹੁਣ ਲਾਗੂ ਹੋਵੇਗਾ ਰਿਸ਼ਤੇ ਹੋਏ ਤਾਰ-ਤਾਰ ਸੱਕੇ ਪ੍ਰਾਣ ਨੂੰ 1575 ਸੂਏ ਨਾਲ ਦਿੱਤਾ ਮਾਰ ਅੰਮ੍ਰਿਤਸਰ ਤੋਂ ਖਬਰ ਆ ਰਹੀ ਹੈ ਜੀ ਮੋਹਕੰਪੁਰ ਥਾਣੇ ਤਹਿਤ ਪੈਂਦੀ ਮਹਿੰਦਰਾ ਕਲੌਨੀ ਦੇ ਰਹਿਣ ਵਾਲੇ ਇੱਕ ਸ਼ਖਸ ਨੇ ਆਪਣੇ ਛੋਟੇ ਭਰਾ ਦੀ ਬਰਫ਼ ਤੋੜਨ ਵਾਲੇ ਸੂਏ ਮਾਰ-ਮਾਰ ਕੇ ਹੱਤਿਆ ਕਰ ਦਿੱਤੀ ਦੋਵਾਂ ਦੇ ਵਿੱਚ ਐਤਵਾਰ ਦੀ ਸ਼ਾਮ ਨੂੰ 1500 ਰੁਪਏ ਲੈਣ ਦੇ ਨੂੰ ਲੈ ਕੇ ਵਿਵਾਦ ਹੋਇਆ ਫਿਲਹਾਲ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਨੇ ਦੱਸਿਆ ਕਿ ਮੁੱਲਜਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਭੋਲੀ ਦੇ ਦੋ ਬੇਟੇ ਸਿਕੰਦਰ ਤੇ ਵਿਸ਼ਾਲ ਅਤੇ ਇੱਕ ਬੇਟੀ ਪਰਿਵਾਰ ਦੇ ਵਿੱਚ ਹੀ ਰਹਿੰਦੇ ਹਨ ਸਿਕੰਦਰ ਦਾ ਵਿਆਹ ਹੋ ਚੁੱਕਾ ਹੈ ਹਾਲੇ ਬੇਟੀ ਤੇ ਵਿਸ਼ਾਲ ਦਾ ਵਿਆਹ ਕਰਨਾ ਸੀ ਕੁਝ ਸਾਲ ਪਹਿਲਾਂ ਦੋਵੇਂ ਬੇਟਿਆਂ ਨੂੰ ਨਸ਼ੇ ਦੀ ਲਤ ਦੇ ਸ਼ਿਕਾਰ ਹੋ ਗਏ ਅਕਸਰ ਹੀ ਦੋਵੇਂ ਘਰ ਦੇ ਵਿੱਚ ਸ਼ਰਾਬ ਪੀਂਦੇ ਹਨ ਕਈ ਵਾਰ ਉਹਨਾਂ ਨੂੰ ਸਮਝਾਇਆ ਪਰ ਕੋਈ ਅਸਰ ਨਹੀਂ ਸਿਕੰਦਰ ਅਤੇ ਵਿਸ਼ਾਲ ਕਈ ਵਾਰ ਝਗੜਾ ਹੋਇਆ ਲਾਕਡਾਊਨ ਕਾਰਨ ਦੋਵਾਂ ਭਰਾਵਾਂ ਕੋਲੇ ਕੋਈ ਕੰਮ ਨਹੀਂ ਸੀ ਪਿਛਲੇ 3 ਦਿਨਾਂ ਤੋਂ ਦੋਵਾਂ ਭਰਾਵਾਂ ਵਿੱਚ ਕਰ 1500 ਨੂੰ ਲੈ ਕੇ ਝਗੜਾ ਸੀ ਐਤਵਾਰ ਨੂੰ ਫਿਰ ਝਗੜਾ ਹੋਇਆ ਤਾਂ ਸਿਕੰਦਰ ਨੇ ਬਰਫ਼ ਤੋੜਨ ਵਾਲਾ ਸੂਆ ਲੈ ਆਇਆ ਤੇ ਵਿਸ਼ਾਲ ਦੇ ਕਈ ਵਾਰ ਕੀਤੇ ਸੰਗਰੂਰ ਮੈਜਿਸਟ੍ਰੇਟ ਵੱਲੋਂ ਧਾਰਾ 143 ਦੇ ਅਧੀਨ ਪਾਬੰਦੀ ਲਾਗੂ ਜ਼ਿਲ੍ਹਾ ਮੇਜ ਸਪਰੇਡ ਸੰਗਰੂਰ ਦੀਆਂ ਸੀਮਾਵਾਂ ਦੇ ਅੰਦਰ ਕਿਸੇ ਕਿਸਮ ਦਾ ਜਲੂਸ ਕੱਢਣ 5 ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ ਨਾਰੇਬਾਜ਼ੀ ਹਥਿਆਰ ਲਾਠੀਆਂ ਗੰਡਾਸੇ ਤੇਜ਼ਤਰ ਟੱਕੋਏ ਕੁਲਹਾੜੀਆਂ ਆਦ ਨੂੰ ਜਨਤਕ ਥਾਵਾਂ ਤੇ ਚੁੱਕਣ ਤੇ ਪਾਬੰਦੀ ਲਾਗੂ ਕਰ ਦਿੱਤੀ ਆ ਇਹ ਹੁਕਮ 12 ਸਤੰਬਰ 2020 ਤੱਕ ਜਾਰੀ ਰਹਿਣਗੇ ਉਸ ਤੋਂ ਬਾਅਦ ਅਗਲੀ ਖਬਰ ਆ ਜੀ ਠੰਡ ਵਧਣ ਦੇ ਨਾਲ ਫੈਲੇਗਾ ਕਰੋਨਾ ਅਧਿਆਨ ਤੋਂ ਦਾਵਾ ਇਸ ਵੇਲੇ ਦੀ ਵੀ ਵੱਡੀ ਖਬਰ ਆ ਜੀ ਕਰੋਨਾ ਵਾਇਰਸ ਨੂੰ ਲੈ ਕੇ ਇਨਫੈਕਸ਼ਨ ਨੂੰ ਲੈ ਕੇ ਡਰਾਉਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜੀ IIT ਪੁਵਨೇಶ್ਵਰ ਅਤੇ IMS ਦੇ ਖੋਜਕਰਤਾ ਨੇ ਸੰਯੁਕਤ ਅਧਾਇਨ ਚ ਪਾਇਆ ਕਿ ਮਾਨਸੂਨ ਅਤੇ ਸਰਦੀਆਂ ਚ ਕੋਵਿਡ-19 ਇਨਫੈਕਸ਼ਨ ਦੀ ਰਫਤਾਰ ਹੋਰ ਵੀ ਤੇਜ਼ ਹੋਵੇਗੀ ਅਧਾਇਨ ਦੀ ਮੰਨੀ ਹੈ ਤਾਂ 1 ਡਿਗਰੀ ਸੈਲਸੀਅਸ ਤਾਪਮਾਨ ਦੇ ਵਾਧੇ ਤੋਂ ਬਾਅਦ ਇਨਫੈਕਸ਼ਨ ਦੇ ਮਾਮਲਿਆਂ ਚ ਜੀਓ ਪੁਆਇੰਟ 99% ਦੀ ਗਰਾਵਿਟੀ ਆ ਸਕਦੀ ਹੈ ਨਾਲ ਹੀ ਕੇਸ ਦੁੱਗਣੇ ਹੋਣ ਦਾ ਸਮਾਂ 1.13 ਦਿਨ ਤੋਂ ਵੱਧ ਹੋ ਸਕਦਾ ਹੈ ਅਦਾਨ ਦੇ ਅਨੁਸਾਰ ਮੀਂਹ ਤਾਪਮਾਨ ਦੀ ਕਮੀ ਅਤੇ ਸਰਦੀਆਂ ਆਉਣ ਦੇ ਚੱਲਦੇ ਵਾਤਾਵਰਣ ਠੰਡੇ ਹੋਣ ਤੋਂ ਦੇਸ਼ਚੂ ਕੋਵਿਡ-19 ਦੀ ਇਨਫੈਕਸ਼ਨ ਦਾ ਇਹ ਸਮਾਂ ਅਨਕੂਲ ਹੋ ਸਕਦਾ ਹੈ। ਤਾਪਮਾਨ ਵਧਣ ਨਾਲ ਇਨਫੈਕਸ਼ਨ ਦੇ ਫਲਾਅ ਚ ਗਰਾਵਟ ਮੌਸਮ ਚ ਨਮੀ ਦੇ ਨਾਲ ਇਨਫੈਕਸ਼ਨ ਦੇ ਫਲਾਅ ਚ ਆਸਾਨੀ ਫੇਸਬੁੱਕ ਤੇ ਲਾਈਵ ਹੋ ਕੇ ਨੌਜਵਾਨ ਨੇ ਨਿਗਲਿਆ ਜ਼ਹਿਰ ਹੋਈ ਮੌਤ ਜਲੰਧਰ ਤੋਂ ਖਬਰ ਆ ਰਹੀ ਹੈ ਜੀ। ਠਾਣਾ ਸ਼ੇਰ ਦੀ ਹੱਦ ਚ ਪੈਂਦੇ ਗ੍ਰੀਨ ਮਾਡਲ ਟਾਊਨ ਚ ਇੱਕ ਨੌਜਵਾਨ ਨੇ ਕੋਠੀ ਮਾਲਕ ਦੀਆਂ ਧਮਕੀਆਂ ਤੋਂ ਦੁਖੀ ਹੋ ਕੇ ਐਤਵਾਰ ਦੁਪਹਿਰੇ ਫੇਸਬੁੱਕ ਤੇ ਲਾਈਵ ਹੋ ਕੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਪੁਲਿਸ ਨੇ ਕੋਠੀ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਜ ਫੇਸਬੁੱਕ ਤੇ ਲਾਈਵ ਹੋਣ ਤੋਂ ਬਾਅਦ ਉਸ ਨੇ ਜ਼ਹਿਰੀਲਾ ਪਦਾਰਥ ਨਿਗਲਿਆ ਜਿਸ ਦੇ ਨਾਲ ਉਸ ਦੀ ਹਾਲਤ ਖਰਾਬ ਹੋ ਗਈ ਜਿਸ ਨੂੰ ਪਿੱਪਸਾ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਹੜ੍ਹਾਂ ਤੱਕ ਹੜ੍ਹਾਂ ਨਾਲ ਹੁਣ ਤੱਕ 81 ਮੌਤਾਂ 54 ਲੱਖ ਤੋਂ ਵੱਧ ਲੋਕ ਹੋਏ ਪ੍ਰਭਾਵਿਤ ਪੀਐਮ ਨੇ ਦਿੱਤਾ ਮਦਦ ਦਾ ਭਰੋਸਾ ਅਸਾਮ ਚੋਂ ਆਏ ਹੜ੍ਹਾਂ ਦੇ ਨਾਲ ਹੁਣ ਤੱਕ 81 ਜਣਿਆਂ ਦੀ ਮੌਤ ਹੋ ਗਈ ਹੈ ਤੇ 54 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਇਸ ਸਾਲ ਹੜ੍ਹ ਦੇ ਕਾਰਨ ਡਿੱਗਾਂ ਡਿੱਗਣ ਦੇ ਨਾਲ 107 ਜਣਿਆਂ ਦੀ ਮੌਤ ਹੋ ਚੁੱਕੀ ਉੱਧਰ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਹਾੜ ਦੀ ਤਬਾਹੀ ਦੇ ਨਾਲ ਨਜਿੱਠਣ ਦੇ ਲਈ ਅਸਾਮ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਅਸਾਮ ਦੇ ਮੁੱਖ ਮੰਤਰੀ ਸਰਬੰਧ ਸੋਨੋਵਾਲ ਨਾਲ ਰਾਜ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਬਾਰੇ ਗੱਲਬਾਤ ਕੀਤੀ ਅਤੇ ਉਹਨਾਂ ਦੇ ਨਾਲ ਹਮਦਰਦੀ ਪ੍ਰਗਟਾਈ ਪ੍ਰਧਾਨ ਮੰਤਰੀ ਨੇ ਤੇਲ ਇੰਡੀਆ ਦੇ ਬਾਗਜਾਨ ਗੈਸ ਖੂਚੂ ਲੱਗੀ ਭਿਆਨਕ ਆਗ ਨੂੰ ਘਟਾਉਣ ਲਈ ਕਰੋਨਾ ਵਾਇਰਸ ਬਾਰੇ ਚੱਲ ਰਹੇ ਯਤਨਾਂ ਦੀ ਜਾਣਕਾਰੀ ਵੀ ਲਈ ਜਲਿਆਂ ਵਾਲੇ ਬਾਗ ਚੂ ਲਗੀਆਂ ਅੱਧ ਨੰਗੀਆਂ ਤਸਵੀਰਾਂ ਤੇ ਖੜਾ ਕੀਤਾ ਬਖੇੜਾ ਜਥੇਦਾਰ ਅਕਾਲ ਤਖਤ ਮੋਦੀ ਕੋਲੇ ਪੂਜੀ ਸ਼ਿਕਾਇਤ ਜਿਲ੍ਹਿਆ ਵਾਲੇ ਬਾਗ ਦੇ ਵਿੱਚ ਅੱਧ ਨੰਗੀਆਂ ਤਸਵੀਰਾਂ ਨੇ ਖੜਾ ਕੀਤਾ ਬਖੇੜਾ ਅਸ਼ੀਦ ਉਦਮ ਸਿੰਘ ਦੇ ਬੁਖਤ ਦੇ ਅੱਗੇ ਲਗਾਈ ਟਿਕਟ ਖਿੜਕੀ ਹਟਾਉਣ ਦੀ ਵੀ ਮੰਗ ਰਾਸ਼ਟਰੀ ਸਰਵ ਕੰਬੂਜ ਸਮਾਜ ਪੰਜਾਬ ਦੇ ਪ੍ਰਧਾਨ ਹਰਮੀਤ ਕੰਬੂਜ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਮੰਗ ਪੱਤਰ ਦੇ ਕੇ ਜਲਿਆਂਵਾਲੇ ਬਾਗ ਦੇ ਵਿੱਚ ਨਵੀਨੀਕਰਨ ਮਗਰੋਂ ਲਗਾਈਆਂ ਇਤਰਾਜ਼ਯੋਗ ਤਸਵੀਰਾਂ ਤੇ ਸ਼ਹੀਦ ਉਦਮ ਸਿੰਘ ਦੇ ਬੁੱਤ ਅੱਗੇ ਲਗਾਈ ਟਿਕ ਟ ਖਿੜਕੀ ਹੜਕਾਂ ਹਟਾਉਣ ਦੀ ਮੰਗ ਕੀਤੀ ਹੈ। ਜ਼ਥੇਦਾਰ ਨੂੰ ਲਿਖੇ ਪੱਤਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਡੀ ਸੰਸਥਾ ਰਾਸ਼ਟਰੀ ਅੰਤਰਰਾਸ਼ਟਰੀ ਸਰਵਕੰਬੂਜ ਸਮਾਜ ਵੱਲੋਂ ਸ਼ਹੀਦਾਂ ਦੇ ਪਿਆਰ ਨੂੰ ਕਰਨ ਵਾਲੇ ਸੱਜਣਾ ਨੇ ਮਿਲ ਕੇ 13 3 18 ਨੂੰ ਜਲਿਆਂਵਾਲੇ ਬਾਗ ਤੋਂ ਸ਼ਹੀਦ ਉਦਮ ਸਿੰਘ ਦਾ ਆਦਮ ਕੱਦ ਬੁੱਤ ਰਾਜਨਾਥ ਗ੍ਰਹਿ ਮੰਤਰੀ ਦੇ ਵੱਲੋਂ ਉਦਘਾਟਨ ਕੀਤਾ ਗਿਆ ਸੀ ਉਸ ਸਮੇਂ ਜ਼ਿਲ੍ਹਿਆਂ ਵਾਲੇ ਬਾਗ ਦੀ ਰੈਨੋਵੇਸ਼ਨ ਲਈ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਰੈਨੋਵੇਸ਼ਨ ਦਾ ਕੰਮ ਸ਼ੁਰੂ ਹੋਇਆ ਹੁਣ 31/7/2020 ਨੂੰ ਪਬਲਿਕਲੀ ਖੋਲ੍ਹਿਆ ਜਾਵੇਗਾ ਹੁਣ ਧਿਆਨ ਦੇ ਵਿੱਚ ਆਇਆ ਕਿ ਇੱਕ ਮਿਊਜ਼ੀਅਮ ਬਣਿਆ ਜਿਸ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਲੱਗਾ ਹੈ ਉਸ ਮਿਊਜ਼ੀਅਮ ਚ ਇਤਰਾਜਯੋਗ ਚਿੱਤਰ ਵੀ ਲਗਾਏ ਗਏ ਹਨ ਜੋ ਸ਼ਹੀਦਾਂ ਦਾਤ ਤੇ ਗੁਰੂ ਸਾਹਿਬਾਨ ਦਾ અપਮਾਨ ਹੈ ਪਹਿਲਾਂ ਜੋ ਵੀ ਸ਼ਹੀਦ ਉਦਮ ਸਿੰਘ ਦਾ ਬੁੱਤ ਸੀ ਹੋ ਸਗੇ ਟਿਕਟ ਖਿੜਕੀ ਬਣਾ ਕੇ ਸ਼ਹੀਦ ਦਾ અપਮਾਨ ਕੀਤਾ ਗਿਆ ਸਭ ਦੇ ਦੋਸ਼ ਦੋਸ਼ੀ ਸ਼ਵੇਤ ਮਲਕ ਮੈਂਬਰ ਜਲਿਆਂਵਾਲਾ ਬਾਗ ਮੈਮੋਰੀਅਲ ਟਰਸਟ ਹਨ ਉਹਨਾਂ ਨੇ ਹਰਪ੍ਰੀਤ ਸਿੰਘ ਜਥੇਦਾਰ ਸਿੰਘ ਸਾਹਿਬ ਨੂੰ ਬੇਨਤੀ ਵੀ ਕੀਤੀ ਕਿ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈ ਕੇ ਸਭ ਕੁਝ ਠੀਕ ਕਰਨ ਲਈ ਹੁਕਮ ਜਾਰੀ ਕੀਤੇ ਜਾਣ ਕੇਂਦਰੀ ਤਨਖਾਹਾਂ ਚਾ ਲਾਗੂ ਕਰਨ ਵਿਰੁੱਧ ਮੁਲਾਜ਼ਮ ਜਥੇਬੰਦੀਆਂ ਦਾ ਤਿੱਖਾ ਪ੍ਰਤੀਕਰਮ ਸੋਮਵਾਰ ਤੋਂ ਵਿੱਤ ਵਿਭਾਗ ਦੇ ਪੱਤਰ ਸਾੜ ਕੇ ਘੜੇ ਪੰਨ ਕੇ ਰੋਸ ਹੱਤਾਂ ਮਨਾਉਣ ਦਾ ਐਲਾਨ ਕਰੋਨਾ ਹਥਿਆਰ ਤੇ ਟਾਲ ਬਣ ਕੇ ਪੰਜਾਬ ਤੋਂ ਨਵੇਂ ਪਰਤੀ ਹੋਣ ਵਾਲੇ ਮੁਲਾਜ਼ਮਾਂ ਤੇ ਪੰਜਾਬ ਦਾ ਆਪਣਾ ਤਨਖਾਹ ਕਮਿਸ਼ਨ ਦੀ ਥਾਂ ਕੇਂਦਰ ਸਰਕਾਰ ਦਾ ਤਨਖਾਹ ਢਾਂਚਾ ਲਾਗੂ ਕਰਨ ਦੇ ਪੱਤਰ ਜਾਰੀ ਕਰਨ ਨਾਲ ਮੁਲਾਜ਼ਮ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਸ ਮੁਤਾਬਕ ਤਿੱਖਾ ਪ੍ਰਤੀਕਰਮ ਹੋਇਆ ਹੈ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਇਸ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ